बिस्मिल्लाहिर्रहमानिर्रहीम। दोस्तों, जिहड़ी सलाह किसी नाल लैणी जां सलाह देणी, मशवरा, यह बहुत अच्छी गल आ। दोस्तों, यह दुनिया ने की लै जाना? अगर तुहानूं कोई तजर्बा वा, कोई इलम आ किस चीज़ का, वह दूसरों ने शेयर करिया करो, ਦੂਸਰਿਆਂ ਨੂੰ ਦੱਸਿਆ ਕਰੋ, ਉਹ 'ਚ ਇਜ਼ਾਫਾ ਹੁੰਦਾ। ਦੇਖੋ ਨਾ, ਅਸੀਂ ਸਕੂਲੇ ਪੜ੍ਹਦੇ ਹਾਂ, ਮਾਸਟਰ ਸਾਨੂੰ ਸਬਕ ਦਿੰਦਾ, ਮਾਸਟਰ ਸਬਕ ਦੇਖੋ ਇਲਮ ਬਣਦਾ। ਮਸੀਤੇ ਜਾਈਏ, ਮੌਲਵੀ ਸਾਨੂੰ ਕੁਰਾਨ ਪੜ੍ਹਾਉਂਦਾ, ਇਲਮ ਬਣਦੇ ਆ। ਇਸ ਤਰ੍ਹਾਂ ਜ਼ਿਮੀਦਾਰ ਆ, ਕਿਸਾਨ ਆ, ਜਿਹੜੇ ਕਿਸਾਨ ਆ, ਵੱਡੇ ਆ, ਵੱਡੀ ਉਮਰ ਦੇ ਆ, ਜਾਂ ਜਿਹੜੇ ਕੰਮ ਜਾਣਦੇ ਆ, ਉਹ ਜ਼ਰੂਰ ਦੱਸਿਆ ਕਰੋ। ਇਹ ਵੀ ਇੱਕ ਸਦਕਾ ਜਾਰੀਆ ਵਾ, ਜਿੰਨਾ ਵੀ ਇਲਮ ਵੰਡੋਗੇ ਉਹਨਾਂ ਉਹ 'ਚ ਇਜ਼ਾਫਾ ਹੋਏਗਾ। ਦੋਸਤੋ, ਇਹ ਵੀਡੀਓ ਦੇਖ ਦੇਖ ਕੇ ਲੋਕ ਬਹੁਤ ਮੇਰੇ ਫੈਨ ਬਣ ਗਏ, ਦੋਸਤ ਬਣ ਗਏ। ਦੋਸਤੋ, ਮੈਂ ਕਿਸੇ ਨੂੰ ਜਾਣਦਾ ਵੀ ਨਹੀਂ, ਉਹ ਮੈਨੂੰ ਬਹੁਤ ਜਾਣਦੇ ਆ। ਇਹ ਅੱਲਾ ਨੇ ਇੱਜ਼ਤ ਦਿੱਤੀ ਹੈ ਨਾ, ਕਿਸੇ ਬੰਦੇ 'ਤੇ ਤਾਂ ਨਹੀਂ ਇੱਜ਼ਤ ਦਿੱਤੀ, ਅੱਲਾ ਨੇ ਦਿੱਤੀ। ਮੇਰੇ ਕੋਲ ਜਿਹੜਾ ਇਲਮ ਆ ਜਾਂ ਜਿਹੜਾ ਮੇਰੇ ਕੋਲ ਤਜਰਬਾ ਵਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਤੁਹਾਨੂੰ ਦੱਸਦਾ। ਇੰਡੀਆ 'ਚੋਂ ਬਹੁਤ ਦੋਸਤਾਂ ਦੇ ਮੈਨੂੰ ਟੈਲੀਫੋਨ ਵੀ ਆਉਂਦੇ, ਰੋਜ਼ ਆਉਂਦਾ ਕੋਈ ਨਾ ਕੋਈ, ਕਿਸੇ ਨਾਲ ਮੇਰੀ ਰੋਜ਼ ਗੱਲ ਹੁੰਦੀ। ਉਹਨਾਂ ਨੇ ਬੁਲਾਇਆ ਮੈਨੂੰ, ਉਹ ਹਾਲੇ ਵੀਜ਼ੇ ਨਹੀਂ ਮਿਲਦੇ ਪਏ ਇੰਡੀਆ ਦੇ। ਫਿਰ ਜਿਹੜੇ ਇੰਡੀਆ ਦੇ ਮੁਸਲਮਾਨ ਆ, ਉਹ ਬਹੁਤ ਸਾਰੇ ਜ਼ਿਮੀਦਾਰ ਜਿਹੜੇ ਉਹ ਸਾਊਦੀ ਅਰਬ ਦੇ ਵਿੱਚ ਜ਼ਿਮੀਦਾਰਾਂ ਕਰਦੇ ਆ, ਹੋਰ ਦੂਸਰੇ ਮੁਲਕਾਂ 'ਚ ਵੀ ਕਰਦੇ ਆ। ਤਾਂ ਉਹ ਕਈ ਜੋ ਦੋਸਤਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਡੇ ਕੋਲ ਆਓ, ਸਾਨੂੰ ਦੱਸੋ, ਇੱਥੇ ਕਿਸੇ ਹੋਰ ਦਾ ਹੀ ਫਾਇਦਾ ਹੋਏਗਾ। ਅਤੇ ਮੈਂ ਕਿਹਾ ਵੀ ਬਸ, ਮੈਂ ਹੁਣ ਮੈਂ ਸਲਾਹ ਕੀਤੀ ਆਪਣੇ ਦਿਲ ਨਾਲ ਅਤੇ ਜਾਣਾ ਚਾਹੀਦਾ। ਸਾਊਦੀ ਅਰਬ ਦਾ ਮੈਂ ਪ੍ਰੋਗਰਾਮ ਬਣਾਇਆ ਵੀ ਸਾਊਦੀ ਅਰਬ ਮੈਂ ਜਾਊਂਗਾ, ਨਾਲੇ ਤਾਂ ਮੈਂ ਜ਼ਿਆਰਤਾਂ ਕਰੂੰ, ਨਾਲੇ ਉਮਰੇ ਕਰੂੰ, ਨਾਲੇ ਮੈਂ ਹੱਜ ਕਰੂੰ, ਅਤੇ ਨਾਲੇ ਉਹਨਾਂ ਨੂੰ ਵੀ ਦੱਸੂ। ਉਹ ਮੇਰੇ ਕਾਫੀ ਬੰਦੇ ਆ ਉੱਥੇ, ਮੈਂ ਕਿਹਾ ਉਹਨਾਂ ਨੂੰ ਦੱਸਿਆ ਵੀ ਤੁਸੀਂ, ਮੈਂ ਤੁਹਾਡੇ ਕੋਲ ਇਕੱਲੇ ਇਕੱਲੇ ਕੋਲ ਨਹੀਂ ਆ ਸਕਦਾ, ਤਾਂ ਤੁਸੀਂ ਉੱਥੇ ਹਰਮ 'ਚ ਆ ਗਿਆ ਕਰੋ, ਅਤੇ ਉੱਥੇ ਬਹਿ ਕੇ ਤੁਹਾਨੂੰ ਤੁਹਾਡੇ ਨਾਲ ਸਾਰੀ ਮੈਂ ਸਲਾਹ ਮਸ਼ਵਰੇ ਕਰੂੰਗਾ। ਜਿਹੜੇ ਤੁਹਾਡੇ ਰੇਗਿਸਤਾਨ ਆ, ਸਾਰੇ ਜੋ ਦਰਖਤ ਅਰਬ ਦੇ ਵਿੱਚ ਹਰਿਆਲੀ ਹਰਿਆਲੀ ਹੋ ਜਾਏਗੀ। ਦੋਸਤੋ, ਕਹਿੰਦੇ ਨਾ ਅਰਬਾਂ ਦੇ ਵਿੱਚ ਪਾਣੀ ਨਹੀਂ ਹੈਗਾ, ਬਹੁਤ ਪਾਣੀ, ਅੱਲਾ ਨੇ ਪਾਣੀ ਇੰਨਾ ਕੁ ਦਿੱਤਾ ਹੈ, ਸਮਝ ਬੂਝ ਨਹੀਂ ਹੈਗੀ। ਦੇਖੋ ਤੁਸੀਂ ਹਰਮ 'ਚ ਗਏ, ਜਿਹੜੇ ਦੋਸਤ ਮੇਰੇ ਉਮਰਾ ਗਾਨ ਗਏ ਆ, ਹਰਮ 'ਚ ਗਏ ਆ, ਕਿੰਨਾ ਪਾਣੀ ਖਰਚ ਹੁੰਦਾ, ਕਿੰਨੇ ਬਾਥਰੂਮ ਆ, ਕਿੰਨਾ ਪਾਣੀ ਖਰਚ ਹੁੰਦਾ, ਅਤੇ ਉਹ ਪਾਣੀ ਕਿੱਧਰ ਜਾਂਦਾ? ਐਵੇਂ ਜ਼ਾਇਆ ਕਰਦੇ ਨਾ। ਅਗਰ ਉਹਨੂੰ ਹੀ ਅਸੀਂ ਦਰਖਤ ਲਾਈਏ, ਇਹ ਜਿਹੜੇ ਮੁਹਰਮ ਦੇ ਆਲੇ ਦੁਆਲੇ ਜਿੰਨੇ ਵੀ ਆ, ਮੱਕੇ ਦੇ ਆਲੇ ਦੁਆਲੇ ਜਿੰਨੇ ਵੀ, ਅਤੇ ਦੋ ਦੋ ਤਿੰਨ ਤਿੰਨ ਮੀਲ ਦੇ ਏਰੀਏ ਦੇ ਵਿੱਚ ਦਰਖਤ ਲੱਗ ਸਕਦੇ। ਇਸੇ ਤਰ੍ਹਾਂ ਹੀ ਮਦੀਨੇ ਆ, ਮਦੀਨੇ ਵੀ ਬੜਾ ਪਾਣੀ ਆ, ਅਤੇ ਉਹ ਆਪਣੇ ਮਸਜਿਦ ਨਬੀ ਦਾ, ਦੂਸਰਿਆਂ ਵੀ ਹੋਰ ਵੀ ਪਾਣੀ ਹੋਏਗਾ, ਇਹ ਪਾਣੀ ਸਾਰਾ ਇਸਤੇਮਾਲ 'ਚ ਲਿਆਉਂਦਾ ਜਾ ਸਕਦਾ। ਅਤੇ ਇਹ ਅਗਰ ਇਹ ਪਾਣੀ, ਉੱਥੇ ਤਾਂ ਵਸੈਲ ਹੈਗੇ ਆ,
ਉੱਥੇ ਤਾਂ ਕੋਈ ਐਡੀ ਰੌਲਾ ਕੋਈ ਨਹੀਂ ਗਾ, ਉੱਥੇ ਤਾਂ ਵਸਾਇਲ ਬਹੁਤ ਆ, ਅਤੇ ਉੱਥੇ ਦੀ ਗੌਰਮੈਂਟ ਵੀ ਚੰਗੀ ਆ, ਅਤੇ ਇਹ ਪਾਣੀ ਜਿਹੜਾ ਵਾ ਇਕੱਠਾ ਕਰਕੇ ਅਤੇ ਇਹ ਇੱਕ ਟੈਂਕੀ ਬਣਾ ਕੇ ਉਹ ਟ੍ਰਿਪ ਐਰੀਗੇਸ਼ਨ ਦੇ ਨਾਲ ਦਰਖਤ ਹੀ ਦਰਖਤ ਲਾ ਦਿਓ, ਘਾਹ ਲੱਗ ਜਾਵੇ, ਦਰਖਤ ਲੱਗ ਜਾਣ, ਅਤੇ ਉਹ ਆਪੇ ਹਰਿਆਲੀ ਹੋ ਜੂਗੀ। ਇੱਕ ਦਫ਼ਾ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਆਪੇ ਕਰਦੇ ਰਹਿਣ। ਅਤੇ ਮੈਂ ਇਹ ਸੋਚਿਆ, ਮੈਂ ਕਿਹਾ ਵੀ ਇਹ ਇੱਕ ਸਦਕਾ ਜਾਰੀ ਆ, ਆਪਾਂ ਕੀ ਕਰਨਾ ਉੱਥੇ, ਆਪਾਂ ਤਾਂ ਇਹੀ ਆ ਵੀ ਚਲੋ ਉਹ ਉਮਰਾ ਕਰੀ ਜਾਵਾਂਗੇ, ਹੱਜ ਕਰ ਲਾ ਕਹਿਣਾ, ਨਾਲੇ ਇਹ ਮੁਫਤ ਦਾ ਸਲਾਹ ਦੇਵਾਂਗੇ। ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਤਨਖਾਹ ਲਿਆ ਕੇ ਦਿਆਂਗੇ। ਮੈਂ ਕਿਹਾ ਨਾ, ਮੈਨੂੰ ਇੱਦਾਂ ਦੀ ਚੀਜ਼ ਨਹੀਂ ਚਾਹੀਦੀ, ਮੈਂ ਮੁਫਤ ਕੰਮ ਕਰੂੰਗਾ। ਅਤੇ ਜਦੋਂ ਇੱਦਾਂ ਦਾ ਕੰਮ ਉਹਨਾਂ ਨੂੰ ਲੱਭ ਗਿਆ ਤਾਂ ਹੋਰ ਕੀ ਚਾਹੀਦਾ। ਅਤੇ ਦੋਸਤੋ, ਇਹ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਆਪਣੇ ਦੋਸਤਾਂ ਨੂੰ ਇਹ ਵਸੀਅਤ ਕਰਦਾ ਕਿ ਇਹ ਇਹ ਜਿਹੜਾ ਵਾ ਸਦਕਾ ਇਹਨੂੰ ਵੰਡੋ, ਜਾ ਕੇ ਦੂਸਰੇ ਲੋਕ ਵੀ ਇਹਨੂੰ ਇਹ ਤੋਂ ਫਾਇਦਾ ਉਠਾਉਣ। ਅਤੇ ਇਹ ਬਹੁਤ ਅੱਛੀ ਗੱਲ ਹੁੰਦੀ ਆ ਜਿਹੜਾ ਆਪਣਾ ਇਲਮ, ਆਪਣਾ ਤਜਰਬਾ ਦੂਸਰੇ ਨੂੰ ਦੱਸਣਾ। ਅਤੇ ਸਾਡੇ ਜਿਹੜੇ ਜ਼ਿਮੀਂਦਾਰ ਆ, ਜਿਹੜੇ ਖਾਸ ਤੌਰ 'ਤੇ ਜਿਹੜੇ ਇੱਕ ਸਬਜ਼ੀਆਂ ਲਾਉਂਦੇ ਆ, ਪੁਰਾਣੇ ਨਵੇਂ ਨਹੀਂ, ਜਿਹੜੇ ਪੁਰਾਣੇ ਸਬਜ਼ੀਆਂ ਲਾਉਂਦੇ, ਉਹਨਾਂ ਨੂੰ ਹਰ ਚੀਜ਼ ਦਾ ਪਤਾ, ਇਹ ਬੈੱਡਾਂ ਦੇ ਕਾਸਟ, ਕਿਉਂਕਿ ਹੁਣ ਅੱਗੇ ਅੱਗੇ ਸੀਗਾ ਆਡਾਂ ਦੇ, ਅੱਗੇ ਆਡਾਂ ਕਹਿੰਦੇ ਹੁੰਦੇ ਸੀਗੇ, ਹੁਣ ਇਹ ਮਤਲਬ ਥੋੜ੍ਹੀ ਜਿਹੀ ਟੈਕਨੀਕ ਜਿਹੜੀ ਆ ਉਹ ਚੇਂਜ ਹੋ ਗਈ ਆ, ਮਗਰ ਹੈ ਚੀਜ਼ ਉਹੀ ਆ। ਅੱਗੇ ਸੀ ਖਾਲੀਆਂ ਸੀਗੀਆਂ, ਹੁਣ ਹੈਗੇ ਆ ਬੈੱਡ, ਅੱਗੇ ਵੀ ਬੈੱਡ ਬਣਦੇ ਹੁੰਦੇ ਸੀਗੇ, ਅੱਗੇ ਦੇਖੋ ਅਸੀਂ ਹਦਵਾਣੇ ਲਾਉਂਦੇ ਹੁੰਦੇ ਸੀਗੇ, ਉਹ ਵੀ ਬੈੱਡਾਂ 'ਤੇ ਬਣ ਲੱਗਦੇ ਹੁੰਦੇ ਸੀ, ਕਰੇਲੇ ਲਾਉਂਦੇ ਹੁੰਦੇ ਸੀ। ਆਹ ਜਿਹੜਾ 2 ਫੁੱਟ ਦਾ ਬੈੱਡ ਮੈਂ ਤੁਹਾਨੂੰ ਦੱਸਿਆ ਨਾ, ਹੁਣ 2 ਫੁੱਟ ਦੇ ਬੈੱਡ 'ਤੇ ਜਿੰਨੀ ਮਰਜ਼ੀ ਤੁਸੀਂ ਲਾਓ, ਉਹ 2 ਫੁੱਟ ਦਾ ਬੈੱਡ ਬਣਨਾ ਹੁੰਦਾ ਜੀ, ਕਰੇਲੇ ਲੱਗਦੇ ਹੁੰਦੇ ਨਾ, ਉਹ 2 ਫੁੱਟ ਦਾ ਬੈੱਡ ਲੱਗਦਾ ਹੁੰਦਾ ਹੈਗਾ। ਅਤੇ ਇੱਕ ਪਾਸੇ ਜੀ ਪਿਆਜ਼ ਲਾ ਲੈਣਾ, ਜਿਹਨੂੰ ਗੰਢੇ ਸੱਦਦੇ ਆ, ਪਿਆਜ਼ ਲਾ ਲੈਣਾ, ਅਤੇ ਇੱਕ ਪਾਸੇ ਅਸੀਂ ਕਰੇਲੇ ਲਾ ਲੈਣੇ। ਜਦੋਂ ਕਰੇਲੇ ਦੇਖਣਾ ਹਲਕੇ ਹੁੰਦੇ ਆ, ਉਧਰੇ ਪਾਸੇ ਮਿਰਚਾਂ ਲਾ ਲੈਣੀ, ਅਤੇ ਜੇ ਦੂਜੇ ਤੋਂ ਗੰਢੇ ਦੇਖਿਆ ਗੰਢੇ ਪੱਟ ਹੁੰਦੇ ਆ, ਅਤੇ ਇਧਰਲੇ ਪਾਸੇ ਅਸੀਂ ਉਹ ਭਿੰਡੀ ਲਾ ਦੇਣੀ, ਦੂ ਬਤੌਣ ਲਾ ਦੇਣੇ। ਇਹ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ। ਅਤੇ ਉਹ ਉਦੋਂ ਇਹਦਾ ਖਾਦਾ ਖੂਦਾ ਵਾਲਾ ਜ਼ਮੀਨ ਸਖਤ ਨਹੀਂ ਹੁੰਦੀ ਹੁੰਦੀ ਸੀ, ਜ਼ਮੀਨ ਅਜੇ ਰੰਬਿਆਂ ਨਾਲ ਗੋਡੀ ਕਰ ਲੈਣੀ। ਹੁਣ ਤਾਂ ਜਦੀਦ ਤਰੀਕੇ ਆ, ਇਹ ਟਰੈਕਟਰਾਂ ਨਾਲ ਵੀ, ਛੋਟੇ ਟਰੈਕਟਰ ਵੀ ਹੈਗੇ ਆ ਅਤੇ ਵੱਡੇ ਟਰੈਕਟਰ ਵੀ ਹੈਗੇ ਆ। ਹੁਣ ਤਾਂ ਉਹ ਡਰਿੱਲ ਮਸ਼ੀਨਾਂ ਵੀ ਲੱਭ ਗਈਆਂ, ਜਿਹੜੇ ਉਹ ਪਾਵਰ ਟਿਲਰ ਜਿਹਨੂੰ ਕਹਿੰਦੇ ਆ, ਉਹਨਾਂ ਗੋਡੀ ਵੀ ਕਰ ਸਕਦੇ ਆ। ਅਤੇ ਹੁਣ ਤਾਂ ਬਹੁਤ ਸਹੂਲਤਾਂ ਵਾ। ਹੁਣ ਇਹ ਇਹ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਵੀ 2 ਫੁੱਟ ਦਾ ਬੈੱਡ ਬਣਾਓ, ਬਸ 2 ਫੁੱਟ ਤੋਂ ਘੱਟ ਨਹੀਂ ਹੋਣਾ ਚਾਹੀਦਾ, 2 ਫੁੱਟ ਤੋਂ ਵੱਧ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦ ਪਤਾ ਲੱਗ ਜਾਏਗਾ ਨਾ ਕਿ ਅਸੀਂ ਪਾਣੀ ਇਸ ਤਰ੍ਹਾਂ ਲਾਉਣਾ, ਪਾਣੀ ਜਦੋਂ ਇਸ ਤਰ੍ਹਾਂ ਲਾਉਣਾ ਵਾ ਕਿ ਪਾਣੀ ਇਹ ਜਿਹੜਾ ਵਾ ਉਹ ਹਲਕਾ ਹਲਕਾ ਪਾਣੀ ਜਾਏ, ਕਿਉਂਕਿ ਉਦੋਂ ਜਦੋਂ ਪਾਣੀ ਪਹਿਲਾਂ ਹੁੰਦਾ ਸੀ ਨਾ, ਪਾਣੀ ਜਦੋਂ ਉਦੋਂ ਖੂਹਾਂ ਦੇ ਪਾਣੀ ਹੁੰਦੇ ਸੀ, ਸਾਡੇ ਸਾਡਾ ਆਪਣਾ ਖੂਹ ਹੁੰਦਾ ਸੀਗਾ, ਖੂਹ ਦਾ ਪਾਣੀ ਲਾਉਣਾ, ਪਾਣੀ ਹਲਕੇ ਹਲਕੇ ਲੱਗਣਾ, ਉਹ ਕਿਆਰਾਂ ਨੇ ਮੋੜ ਕੇ ਆ ਜਾਣਾ, ਤਾਂ ਉਹ ਤਦ ਰੋਟੀ ਵੀ ਖਾ ਲੈਣੀ ਅਤੇ ਸੌਂ ਵੀ ਲੈਣਾ, ਅਤੇ ਤਾਂ ਕਿਆਰਾਂ ਬੰਨੇ ਲੱਗਣਾ, ਅਤੇ ਜਦੋਂ ਕਿਆਰਾਂ ਬੰਨੇ ਲੱਗਣਾ ਤਾਂ ਉੱਤੇ ਤੱਕ ਉਹ ਪਾਣੀ ਸੁੱਕਦਾ ਨਹੀਂ ਹੁੰਦਾ ਜੀ, 8 ਦਿਨ ਤੱਕ ਅਤੇ ਉਹ ਪਾਣੀ ਨਹੀਂ ਸੁੱਕਦਾ ਹੁੰਦਾ ਜੀ, ਮਤਲਬ ਉਹ ਰੇਂਜ ਨਹੀਂ ਖਤਮ ਹੁੰਦੀ ਹੁੰਦੀ ਜੀ, ਪਾਣੀ ਤਾਂ ਉਸੇ ਵੇਲੇ ਪੀ ਲੈਂਦੀ ਜ਼ਮੀਨ, ਅਤੇ ਰੇਂਜ ਨਹੀਂ ਖਤਮ ਹੁੰਦੀ ਸੀ। ਅਤੇ ਹੁਣ ਹੋ ਗਿਆ ਵਾ ਟਿਊਬਵੈਲ ਲੱਗੇ, 6-6 ਇੰਚੀ ਦਾ ਟਿਊਬਵੈਲ ਲਾਏ ਹੋਏ, ਉਹ ਪਾਣੀ ਨੱਕਿਆਰ ਨੂੰ ਮੋੜਦੇ ਤਾਂ ਪਾਣੀ ਇੱਧਰ ਛੱਡਿਆ ਉਹ ਗਿਆ, ਉਹ ਇਹ 2-3 ਮਿੰਟਾਂ 'ਚ ਕਿਆਰਾ ਭਰ ਜਾਂਦਾ, ਅਤੇ ਉਹ ਪਾਣੀ ਜਿਹੜਾ ਵਾ ਉਹ ਨਹੀਂ ਕੰਮ ਕਰਦਾ। ਦੂਸਰੀ ਇਹ ਕਿ ਜ਼ਮੀਨ ਨੂੰ
ਖਾਦਾਂ ਪਾ ਪਾ ਕੇ ਉਹਦਾ ਮੂੰਹ ਸਖਤ ਕਰਤਾ, ਅਤੇ ਉਹ ਮੇਰੇ ਜਿਹੜੇ ਗਰੋਏ ਆ, ਇਹ ਗਰੋਏ ਸਾਨੂੰ ਜਿਹੜਾ ਜ਼ਮੀਨ ਦੀ ਜਿਹੜੀ ਨਮੀ ਹੈ ਨਾ ਉਹਨੂੰ ਬੜੇ ਸਾਡੇ ਨਾਲ ਇਹ ਮਦਦ ਕਰਦੇ ਆ। ਜ਼ਮੀਨ ਦੀ ਬੜੀ ਜਿਹੜੀ ਹੈਗੀ ਆ ਇਹ ਨਮੀ ਨਾ, ਇਹਦੇ ਨਾਲ ਸਾਨੂੰ ਬਹੁਤ ਆਸਰਾ ਕਰਦੇ ਆ। ਅਤੇ ਉਹ ਅਸੀਂ ਮਾਸ਼ਾਅੱਲਾ ਮਾਰ ਦਿੱਤੇ, ਅਤੇ ਇਹ ਸਾਨੂੰ ਪਤਾ ਨਹੀਂ ਕਿਹਨੇ ਸਬਕ ਦਿੱਤਾ, ਅਤੇ ਅਸੀਂ ਉਹ ਖਾਦ ਛੱਡਦੇ ਹੀ ਨਹੀਂ, ਅਸੀਂ ਉਹ ਖਾਦ ਵਾਲੇ ਪਾਸੇ ਹਟਦੇ ਹੀ ਨਹੀਂ। ਖਾਦ ਹਰ ਇੱਕ ਹਰ ਬੰਦੇ ਦੀ ਵੀ ਤੁਹਾਨੂੰ ਪਤਾ ਕਿ ਖਾਦ ਨੁਕਸਾਨ ਦਿੰਦੀ ਹੈ। ਉਹ ਦੇਖਦੇ ਫੀਲ ਫਸਲ ਚੁੱਕ ਹੋ ਗਈ, ਤੁਹਾਨੂੰ ਫਸਲ ਚੁੱਕ ਹੋ ਗਈ, ਖਾਦ ਪਾਈ ਆ ਫਸਲ ਚੁੱਕ ਹੋ ਗਈ, ਉਹ ਫਸਲ ਚੁੱਕ ਹੋ ਗਈ, ਫਸਲ ਦੇ ਪੱਲੇ ਜੀ ਰਿਹਾ, ਉਹਦਾ ਆਰਟੀਫਿਸ਼ਲ ਉਹ ਹੋ ਗਈ, ਬਣ ਗਈ ਆ ਫਸਲ ਆਰਟੀਫਿਸ਼ਲ ਬਣ ਕੇ, ਅਤੇ ਉਹ ਖਰਾਬ ਹੋ ਗਿਆ ਕੰਮ। ਅਤੇ ਉਹ ਇਸ ਤਰ੍ਹਾਂ ਬਿਹਤਰ ਆ ਕਿ ਤੁਸੀਂ ਮਸ਼ਰੇ ਵੀ ਦਿਓ ਕਿਸੇ ਨੂੰ, ਅਤੇ ਜਿਹੜੇ ਇਸ ਕੰਮ 'ਤੇ ਸਭ ਤੋਂ ਜ਼ਰੂਰੀ ਆ ਪਾਣੀ, ਪਾਣੀ ਤੁਹਾਨੂੰ ਲਾਉਣਾ ਆ ਗਿਆ ਨਾ ਅਤੇ ਇਹ ਸਮਝੋ ਵਾਰੇ ਨਿਆਰੇ ਆ ਦੋਸਤੋ। ਇਹ ਦੋਸਤ ਮੇਰੇ ਵਾਸਤੇ ਵੀ ਦੁਆ ਕਰਿਓ, ਅੱਲਾਹ ਤਾਲਾ ਮੇਰੇ ਇਹ ਸਫ਼ਰ ਜਿਹੜਾ ਇਹ ਚੰਗਾ ਰਹੇ, ਅਤੇ ਮੈਂ ਦੁੱਖ ਇੱਦਾਂ ਹੀ ਜਿੱਦਾਂ ਜਿੰਨੀ ਕਿ ਮੇਰੀ ਜ਼ਿੰਦਗੀ ਹੈ ਉਹਨਾਂ ਚਿਕਰ ਮੈਂ ਦੋਸਤਾਂ ਨੂੰ ਮਸ਼ਵਰੇ ਦਿੰਦਾ, ਕੋਈ ਜਿੱਥੇ ਮਰਜ਼ੀ ਸੱਦੇ ਮੈਂ ਉੱਥੇ ਜਾਣ ਨੂੰ ਤਿਆਰ ਹਾਂ। ਹੈ ਅਤੇ ਅੱਲਾਹ ਤਾਲਾ ਖੁਸ਼ ਰੱਖੇ, ਸਾਡੇ ਮੁਲਕ ਨੂੰ ਵੀ ਖੁਸ਼ਹਾਲ ਕਰੇ, ਸਾਡੇ ਇਹ ਜਿਹੜੇ ਸਿਆਸਤਦਾਨ ਆ ਅੱਲਾਹ ਤਾਲਾ ਇਹਨਾਂ ਨੂੰ ਵੀ ਹਿੰਮਤ ਦੇਵੇ ਕਿ ਮੁਲਕ ਦੇ ਬਾਰੇ ਸੋਚਣ, ਅਤੇ ਸਾਡੇ ਸਾਰੇ ਜਿਹੜੇ ਹੁਕਮਰਾਨ ਆ ਇਹਨਾਂ ਨੂੰ ਵੀ ਅੱਲਾਹ ਤਾਲਾ ਹਿੰਮਤ ਦੇਵੇ ਕਿ ਇਹ ਮੁਲਕ ਦੇ ਬਾਰੇ ਸੋਚਣ, ਖਾਸ ਤੌਰ 'ਤੇ ਸਾਡੇ ਕਿਸਾਨਾਂ ਦੇ ਬਾਰੇ। ਖੁਦਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।